ਕੀ WhatsApp ਸੱਚਮੁੱਚ ਬੰਦ ਹੋਣ ਜਾ ਰਿਹਾ ਹੈ? ਦੋਸਤੋ, ਸੋਸ਼ਲ ਮੀਡੀਆ ਉੱਪਰ 31 ਜੁਲਾਈ ਤੋਂ ਬਾਅਦ WhatsApp ਬੰਦ ਹੋ ਜਾਣ ਸੰਬੰਧੀ ਬਹੁਤ ਸਾਰੇ ਮੈਸੇਜ ਵਾਇਰਲ ਹੋ ਰਹੇ ਹਨ। ਇਸ ਖਬਰ ਨੇ ਬਹੁਤ ਸਾਰੇ WhatsAppੀਆਂ ਦੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ ਹੈ। ਤੁਹਾਡੇ ਮਨ ਵਿੱਚ ਵੀ ਸਵਾਲ ਉੱਠ ਰਿਹਾ ਹੋਵੇਗਾ ਕਿ ਕੀ WhatsApp ਸੱਚਮੁੱਚ ਬੰਦ ਹੋ ਜਾਵੇਗਾ? ਤਾਂ ਆਓ ਕੁਝ ਤੱਥਾਂ 'ਤੇ ਨਜ਼ਰ ਮਾਰੀਏ। ਦੋਸਤੋ, ਜੂਨ 2016 ਵਿੱਚ ਭਾਰਤ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ RTI ਐਕਟੀਵਿਸਟ ਸੁਧੀਰ ਯਾਦਵ ਵੱਲੋਂ WhatsApp ਬੰਦ ਕਰਨ ਲਈ ਸੁਪਰੀਮ ਕੋਰਟ ਵਿੱਚ ਇੱਕ PIL ਦਾਖਲ ਕੀਤੀ ਗਈ ਸੀ, ਪਰੰਤੂ ਚੀਫ ਜਸਟਿਸ TS ਠਾਕੁਰ ਅਤੇ ਜਸਟਿਸ AM ਖਾਨਵਲੀਕਰ ਵੱਲੋਂ ਇਹ ਸੁਝਾਅ ਦਿੰਦੇ ਹੋਏ ਇਹ ਦਰਖਾਸਤ ਰੱਦ ਕਰ ਦਿੱਤੀ ਗਈ ਕਿ ਸੁਧੀਰ ਯਾਦਵ ਨੂੰ ਆਪਣੀ ਦਰਖਾਸਤ ਟੈਲੀਕਾਮ ਰੈਗੂਲੇਟਰੀ ਜਾਂ ਸਰਕਾਰ ਅੱਗੇ ਪੇਸ਼ ਕਰਨੀ ਚਾਹੀਦੀ ਹੈ। ਦੋਸਤੋ, ਇੱਕ ਤੱਥ ਹੋਰ, ਸੈਨ ਫਰਾਂਸਿਸਕੋ ਵਿਖੇ ਡਿਜੀਟਲ ਰਾਈਟਸ ਗਰੁੱਪ ਅਤੇ ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ ਵੱਲੋਂ ਪਹਿਲਾਂ ਹੀ WhatsApp ਦੀ ਪਾਲਿਸੀ ਸੰਬੰਧੀ ਆਪਣੀ ਇੱਕ ਰਿਪੋਰਟ ਪੇਸ਼ ਕੀਤੀ ਜਾ ਚੁੱਕੀ ਹੈ। ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ ਅਤੇ ਡਿਜੀਟਲ ਰਾਈਟਸ ਗਰੁੱਪ ਅਨੁਸਾਰ WhatsApp ਦੀ ਪਾਲਿਸੀ ਵਿੱਚ ਕਿਤੇ ਨਹੀਂ ਲਿਖਿਆ ਗਿਆ ਕਿ ਸਰਵਾਈਲੈਂਸ ਲਈ ਸਰਕਾਰ ਜਾਂ ਸੁਰੱਖਿਆ ਏਜੰਸੀਆਂ ਨੂੰ ਯੂਜ਼ਰ ਡਾਟਾ ਦੇਖਣ ਦੀ ਮਨਾਹੀ ਹੈ। ਅਤੇ ਸਭ ਤੋਂ ਮਹੱਤਵਪੂਰਨ ਗੱਲ, ਦੋਸਤੋ, ਪਿਛਲੇ ਦਿਨੀਂ ਹੀ NPCI ਭਾਵ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਇੰਡੀਆ ਵੱਲੋਂ WhatsApp ਰਾਹੀਂ ਪੈਸੇ ਭੇਜਣ ਅਤੇ ਪ੍ਰਾਪਤ ਕਰਨ ਲਈ ਇਸ ਦੀ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸੰਬੰਧੀ WhatsApp, ਐਕਸਿਸ ਬੈਂਕ, ICICI ਅਤੇ ਪੰਜਾਬ ਨੈਸ਼ਨਲ ਬੈਂਕ ਅਤੇ ਕਈ ਹੋਰ ਬੈਂਕਸ ਨਾਲ ਗੱਲਬਾਤ ਵੀ ਕਰ ਰਿਹਾ ਹੈ। ਸੋ ਦੋਸਤੋ, ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ ਕਿ WhatsApp 31 ਜੁਲਾਈ ਨੂੰ ਬੰਦ ਹੋ ਜਾਵੇ। ਤੋ ਅਜਿਹੇ ਹੋਰ ਵੀਡੀਓਜ਼ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਜ਼ਰੂਰ